ਸੋ ਜਿੱਥੇ ਖਹਿਰਾ ਦਾ ਮੁੱਦਾ ਚਰਚਾ 'ਚ ਉੱਥੇ ਦੂਜੇ ਪਾਸੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਲੁਧਿਆਣਾ ਸਿਟੀ ਸੈਂਟਰ ਘੁਟਾਲੇ 'ਚ ਵਿਜੀਲੈਂਸ ਵੱਲੋਂ ਪਾਏਗੀ ਕੈਂਸਲੇਸ਼ਨ ਰਿਪੋਰਟ ਦੇ ਵਿਰੁੱਧ ਪਟੀਸ਼ਨ ਪਾ ਦਿੱਤੀ ਗਈ ਹੈ। ਇਸ ਕੇਸ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਨਾਮਜ਼ਦ ਨੇ। ਬੈਂਸ ਨੇ ਸਾਫ਼ ਕੀਤਾ ਕਿ ਜੇਕਰ ਸੈਸ਼ਨ ਕੋਰਟ 'ਚ ਪਟੀਸ਼ਨ ਖਾਰਜ ਹੋ ਜਾਂਦੀ ਹੈ ਤਾਂ ਉਹ ਹਾਈ ਕੋਰਟ ਅਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਲੱਗੇ ਵੀ ਗੁਰੇਜ਼ ਨਹੀਂ ਕਰਨਗੇ। ਪੰਜਾਬ ਦੀ ਸਿਆਸਤ ਦੇ ਵਿੱਚ ਇਸ ਮੌਕੇ ਪਟੀਸ਼ਨਾਂ ਤੇ ਸੰਮਣਾਂ ਦਾ ਦੌਰ ਜਾਰੀ ਹੈ ਤੇ ਹਰ ਪਾਸੇ ਇਹੀ ਮੁੱਦੇ ਚਰਚਾ 'ਚ ਨੇ। ਸੁਖਪਾਲ ਸਿੰਘ ਖਹਿਰਾ ਨੂੰ ਡਰੱਗ ਤਸਕਰੀ ਮਾਮਲੇ 'ਚ ਸੰਮਣ ਆਉਣਾ ਜਿੱਥੇ ਚਰਚਾ ਦਾ ਵਿਸ਼ਾ ਬਣਿਆ ਹੋਇਆ, ਉੱਥੇ ਹੀ ਵੀਰ ਦਵਿੰਦਰ ਸਿੰਘ ਵੱਲੋਂ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਕੇਸ ਦੇ ਵਿੱਚ ਧਿਰ ਬਣਨ ਲਈ ਪਾਈ ਪਟੀਸ਼ਨ ਵੀ ਚਰਚਾ 'ਚ ਸੀ। ਪਰ ਇਸੇ ਦੌਰਾਨ ਹੀ ਆਮ ਆਦਮੀ ਪਾਰਟੀ ਦੇ ਭਾਈਵਾਲ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਅੱਜ ਲੁਧਿਆਣਾ ਸਿਟੀ ਸੈਂਟਰ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਕੈਪਟਨ ਅਮਰਿੰਦਰ ਸਿੰਘ ਬਾਰੇ ਪਾਈ ਕਲੋਜ਼ਿੰਗ ਰਿਪੋਰਟ ਨੂੰ ਚੈਲੰਜ ਕੀਤਾ ਗਿਆ ਤੇ ਬੈਂਸ ਨੇ ਐਲਾਨ ਕੀਤਾ ਕਿ ਉਹ ਪੰਜਾਬ ਦਾ 1100 ਕਰੋੜ ਰੁਪਏ ਦਾ ਨੁਕਸਾਨ ਨਹੀਂ ਹੋਣ ਦੇਣਗੇ ਤੇ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ। ਸਿਟੀ ਸੈਂਟਰ ਸਕੈਮ ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਸਹਿ ਦੋਸ਼ੀ ਨੇ ਤੇ ਬਾਦਲਾਂ ਨੇ ਮੁਕੱਦਮਾ ਦਿੱਤਾ ਸਿਟੀ ਸੈਂਟਰ ਸਕੈਮ ਦਾ, ਐਂਡ ਬਾਦਲਾਂ ਨੇ ਢਹਿ ਢੇਰੀ ਵੀ ਕੀਤਾ ਉਹ ਮੁਕੱਦਮੇ ਨੂੰ। ਢਹਿ ਢੇਰੀ ਕਰਨ ਤੋਂ ਬਾਅਦ ਕੈਪਟਨ ਸਾਹਿਬ ਸਰਕਾਰ ਦੇ ਵਿੱਚ ਹਕੂਮਤ 'ਚ ਆਏ ਅਤੇ ਜਿਹੜਾ ਹੋਮ ਮਿਨਿਸਟਰੀ ਹੈ, ਗ੍ਰਹਿ ਮੰਤਰਾਲਾ ਵੀ ਕੈਪਟਨ ਅਮਰਿੰਦਰ ਸਿੰਘ ਕੋਲ ਹੈ, ਕਿਉਂਕਿ ਗ੍ਰਹਿ ਮੰਤਰੀ ਦੇ ਕੋਲ ਹੋਵੇ ਵਿਜੀਲੈਂਸ ਪੁਲਿਸ ਅਤੇ ਉਹ ਵਿਜੀਲੈਂਸ ਅਤੇ ਪੁਲਿਸ ਗ੍ਰਹਿ ਮੰਤਰੀ ਦੇ ਵਿਰੁੱਧ ਕਾਰਵਾਈ ਮੁੱਖ ਮੰਤਰੀ ਦੇ ਵਿਰੁੱਧ ਕਰ ਨਹੀਂ ਸਕਦੀ। ਸੋ ਇਹ ਕਲੋਜ਼ਰ ਰਿਪੋਰਟ ਜਿਹੜੀ ਸਿਟੀ ਸੈਂਟਰ ਸਕੈਮ ਦੀ ਲੁਧਿਆਣਾ ਦੇ ਸੈਸ਼ਨ ਜੱਜ ਸਾਹਿਬ ਕੋਲ ਆਈ ਅਤੇ ਮੈਂ ਉਹਨੂੰ ਅਪੋਜ਼ ਕੀਤਾ। ਮੈਂ ਉਹ 'ਚ ਪਾਰਟੀ ਵੰਡ ਵਾਸਤੇ ਦਰਖਾਸਤ ਲਾਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਕਰਪਸ਼ਨ ਦਾ ਦੋਸ਼ੀ ਹੈ, ਸਿਟੀ ਸੈਂਟਰ ਸਕੈਮ ਬਹੁਤ ਕਰੋੜੀ ਘਪਲਾ, ਅਤੇ ਜੇ ਇਹ ਕੇਸ ਬੰਦ ਹੁੰਦਾ ਤਾਂ ਟੂਡੇ ਹੋਮਸ ਕੰਪਨੀ ਨੂੰ 1140 ਕਰੋੜ ਰੁਪਈਆ ਸੁਪਰੀਮ ਕੋਰਟ ਦੀ ਆਰਬਿਟ੍ਰੇਸ਼ਨ ਜਸਟਿਸ ਲਾਹੌਟੀ ਦੇ ਆਰਡਰਸ ਨੇ ਅਤੇ ਉਹ ਦੇਣਾ ਪੈਣਾ। ਸੋ ਪੰਜਾਬ ਦਾ 1140 ਕਰੋੜ ਰੁਪਈਆ ਬਚਾ ਕੇ ਰੱਖਣਾ ਅਤੇ ਕੈਪਟਨ ਜਿਹੜਾ ਕਰਪਸ਼ਨ ਦੇ ਦੋਸ਼ਾਂ ਦੇ ਵਿੱਚ ਸਿਟੀ ਸੈਂਟਰ ਸਕੈਮ 'ਚ ਦੋਸ਼ੀ ਹੈ, ਸਜ਼ਾਵਾਂ ਦਵਾਉਣੀਆਂ। ਇਸੇ ਮੌਕੇ ਉਹਨਾਂ ਕੈਪਟਨ ਅਮਰਿੰਦਰ ਸਿੰਘ ਉੱਪਰ ਵੀ ਨਿਸ਼ਾਨਾ ਸਾਧਿਆ। ਉਹਨਾਂ ਆਖਿਆ ਕਿ ਕੈਪਟਨ ਵੱਲੋਂ ਸੰਬੰਧਿਤ ਕੰਪਨੀ ਅਤੇ ਇਸ ਕੇਸ ਦੇ ਇੱਕ ਗਵਾਹ ਵੱਲੋਂ ਵੀ ਕਲੋਜ਼ਿੰਗ ਰਿਪੋਰਟ ਨੂੰ ਚੈਲੰਜ ਕੀਤਾ ਗਿਆ, ਜਿਸ ਤੋਂ ਸਾਫ਼ ਹੈ ਕਿ ਕੈਪਟਨ ਚਾਹੁੰਦੇ ਨੇ ਕਿ ਜੱਜ ਸਾਹਿਬ ਬੈਂਸ ਦੀ ਪਟੀਸ਼ਨ ਛੱਡ ਉਹ ਸੰਬੰਧਿਤ ਗਵਾਹ ਦੀ ਪਟੀਸ਼ਨ ਉੱਪਰ ਗੌਰ ਫਰਮਾਵੇ ਤਾਂ ਜੋ ਕੈਪਟਨ ਇਸ ਕੇਸ 'ਚੋਂ ਬਾਇਜ਼ਤ ਬਰੀ ਹੋ ਕੇ ਬਾਹਰ ਨਿਕਲ ਜਾਣ। ਪਰ ਇਸੇ ਮੌਕੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਬੈਂਸ ਨੇ ਸਾਫ਼ ਕੀਤਾ ਕਿ ਉਹ ਪੰਜਾਬ ਦੇ ਹੱਕਾਂ ਲਈ ਹਾਈ ਕੋਰਟ ਅਤੇ ਸੁਪਰੀਮ ਕੋਰਟ ਜਾਣ ਲੱਗੇ ਵੀ ਗੁਰੇਜ਼ ਨਹੀਂ ਕਰਨਗੇ। ਅਤੇ ਅੱਜ ਨਵੀਂ ਇੱਕ ਉਹਦੇ 'ਚ ਪ੍ਰੋਗਰੈਸ ਹੋਈ, ਅੱਜ ਤਰੀਕ ਸੀ, ਅਤੇ ਉੱਥੇ ਇੱਕ ਟੂਡੇ ਹੋਮਸ ਕੰਪਨੀ ਦਾ ਸ਼ਾਇਦ ਆਰਕੀਟੈਕਟ ਹੈ ਮਿਸਟਰ ਡੇ, ਉਹਨਾਂ ਨੇ ਵੀ ਇੱਕ ਐਪਲੀਕੇਸ਼ਨ ਮੂਵ ਕੀਤੀ ਆ ਵੀ ਮੈਨੂੰ ਵੀ ਇਸ ਕੇਸ ਦੇ ਵਿੱਚ ਪਾਰਟੀ ਧਿਰ ਬਣਨ ਦਾ ਜਿਹੜਾ ਉਹ ਉਹਨਾਂ ਨੇ ਧਿਰ ਬਣਨ ਦੀ ਐਪਲੀਕੇਸ਼ਨ ਲਾਈ ਆ। ਅਤੇ ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਚਾਲ ਹੈ, ਜਿਹੜਾ ਡੇ ਟੂਡੇ ਹੋਮਸ ਕੰਪਨੀ ਦਾ ਮੁਲਾਜ਼ਮ ਹੈ ਅਤੇ ਉਹ ਇਸ ਕੇਸ ਦੇ ਵਿੱਚ ਜਿਹੜੀ ਕਲੋਜ਼ਰ ਰਿਪੋਰਟ ਆਈ ਉਹਦੇ ਵਰਖਿਲਾਫ ਇੱਕ ਦਰਖਾਸਤ ਲੈ ਕੇ ਅਦਾਲਤ ਦੇ ਵਿੱਚ ਪੇਸ਼ ਹੋਇਆ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਚਾਲ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਹੈ ਕਿ ਮੈਂ ਐਲਾਨ ਕਰ ਚੁੱਕਿਆ ਕਿ ਜੇ ਸੈਸ਼ਨ ਜੱਜ ਨੇ ਮੇਰੀ ਅਪੀਲ ਮੇਰੀ ਪਟੀਸ਼ਨ ਨਾ ਮੰਨੀ ਤਾਂ ਮੈਂ ਸੁਪਰੀਮ ਕੋਰਟ ਤੱਕ ਜਾਊਂਗਾ ਪੰਜਾਬ ਦਾ ਪੁੱਤ ਬਣ ਕੇ, ਨਾ 1140 ਕਰੋੜ ਰੁਪਈਆ ਵੇਸਟ ਹੋਣ ਦਿਆਂਗੇ ਅਤੇ ਨਾ ਹੀ ਜਿਹੜੇ ਦੋਸ਼ੀ ਹੈ ਉਹ ਬਚ ਨਹੀਂ ਸਕਣਗੇ, ਸਜ਼ਾਵਾਂ ਕਰਾ ਕੇ ਹਟਾਂਗੇ। ਅਤੇ ਉਹਨਾਂ ਨੂੰ ਇਹ ਗੱਲ ਪੂਰੀ ਤਰ੍ਹਾਂ ਪਤਾ ਲੱਗ ਚੁੱਕੀ ਹੈ, ਇਸੇ ਕਰਕੇ ਉਹਨਾਂ ਨੇ ਆਪਣਾ, ਮੈਨੂੰ ਲੱਗਦਾ ਕਿ ਇੱਕ ਸਾਜ਼ਿਸ਼ ਦੇ ਤਹਿਤ ਮਿਸਟਰ ਡੇ ਜਿਹੜਾ ਟੂਡੇ ਹੋਮਸ ਕੰਪਨੀ ਦਾ ਮੁਲਾਜ਼ਮ ਆ ਉਹਨੂੰ ਅਦਾਲਤ ਦੇ ਵਿੱਚ ਭੇਜਿਆ ਵੀ ਬੈਂਸ ਵਾਲੀ ਪਰੇ ਹੋ ਜਾਵੇ ਅਤੇ ਸੈਸ਼ਨ ਜੱਜ ਉਹਦੇ ਵਾਲੀ ਨੂੰ ਅਲਾਓ ਕਰ ਦੇਵੇ ਅਤੇ ਬਾਅਦ ਦੇ ਵਿੱਚ ਉਹਨੂੰ ਵਿਦਡਰਾਅ ਕਰਾ ਲਾਂਗੇ। ਸੋ ਅਸੀਂ ਇਹ ਸਾਰੀ ਗੱਲ ਸਮਝਦੇ ਹਾਂ, ਮੈਂ ਆਪਣੇ ਲਾਇਰਸ ਨਾਲ ਵੀ ਰਾਇ ਕੀਤੀ ਹੈ ਅਤੇ ਅਸੀਂ ਇਹ ਮਸਲਾ ਜੇ ਸਾਨੂੰ ਇੱਥੋਂ ਨਿਆਂ ਨਾ ਮਿਲਿਆ ਤਾਂ ਹਾਈ ਕੋਰਟ ਦੈਨ ਸੁਪਰੀਮ ਕੋਰਟ ਤੱਕ ਲੈ ਕੇ ਜਾਵਾਂਗੇ। ਸਿਮਰਜੀਤ ਸਿੰਘ ਬੈਂਸ ਵੱਲੋਂ ਲੁਧਿਆਣਾ ਸਿਟੀ ਸੈਂਟਰ ਘੁਟਾਲੇ 'ਚ ਪਾਈ ਪਟੀਸ਼ਨ ਸੰਬੰਧੀ ਸੁਣਵਾਈ 21 ਨਵੰਬਰ ਨੂੰ ਹੋਣੀ ਹੈ। ਜੇਕਰ ਜੱਜ ਸਾਹਿਬ ਨੇ ਬੈਂਸ ਨੂੰ ਧਿਰ ਬਣਨ ਦਾ ਮੌਕਾ ਦਿੱਤਾ ਤਾਂ ਕੈਪਟਨ ਅਮਰਿੰਦਰ ਸਿੰਘ ਲਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ, ਕਿਉਂਕਿ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਵਿੱਚ ਵੀਰ ਦਵਿੰਦਰ ਸਿੰਘ ਦੀ ਪਟੀਸ਼ਨ ਉੱਪਰ ਸਹੀ ਵੱਜ ਚੁੱਕੀ ਹੈ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।